ਸਹੀ ਦਾਮਾ ਦੇ ਔਰ ਤਲਕ ਮੇਰਾ ਜੇਲਮ ਸ਼ਹਿਰ ਨਾਲ ਹੈ। ਵੈਸੇ ਮੇਰੀ ਜਿਹੜਾ ਜਨਮ ਹੈ ਉਹ ਨਰਵਾਲ ਦਾ ਅਤੇ ਪਿੰਡੀ ਗੌਰਮੈਂਟ ਕਾਲਜ ਆਫ ਕਾਮਰਸ ਮੈਂ ਇਕਨੋਮਿਕਸ ਪੜ੍ਹਾਈ ਹੈ 31-32 ਸਾਲ। ਉਸ ਤੋਂ ਪਹਿਲਾਂ ਮੈਂ ਮੈਨੇਜਰੀ ਕੀਤੀ, ਉਸ ਤੋਂ ਪਹਿਲਾਂ ਬਿਸ਼ਮਾਰ ਜਾਬ ਸ਼ਾਬ ਛੋਟੇ ਮੋਟੇ ਜਿਹੜੇ ਲਾਈਫ 'ਚ ਮੈਂ ਉਹ ਕੀਤੇ ਨੇ ਔਰ ਇਸ ਤਰ੍ਹਾਂ ਲਾਹੌਰ ਕਰਾਚੀ ਜਗ੍ਹਾ ਜਗ੍ਹਾ 'ਤੇ ਮੈਂ ਟਾਈਮ ਗੁਜ਼ਾਰਿਆ। ਇਹਨੂੰ ਤੁਸੀਂ ਕਹਿ ਲਓ ਕਿ ਬੜਾ ਮੁਸ਼ਾਹਿਦਾ ਡੂੰਘਾ ਇਸ ਜ਼ਿੰਦਗੀ ਦਾ ਜੋ ਚਾਰੋਂ ਪਾਸੇ, ਖਾਸ ਕਰ ਪਾਕਿਸਤਾਨ ਦਾ। ਫਿਰ ਇੱਕ ਜ਼ਬਾਨ ਐਸਪਰਾਂਟੋ ਲੈਂਗੁਏਜ ਸੀ, ਉਸ ਦੇ ਜ਼ਰੀਏ ਮੈਂ ਕੋਈ ਦੁਨੀਆ ਪੂਰੀ ਟਰੈਵਲ ਕੀਤੀ, ਆਲਮੋਸਟ ਓਵਰ 45 ਕੰਟਰੀਜ਼। ਉਹ ਦੁਨੀਆ ਵਿੱਚ ਜਾ ਕੇ ਫਿਰ ਮੈਂ ਉਹ ਐਸਪਰਾਂਟੋ ਦੇ ਵਿੱਚ ਜ਼ੁਬਾਨ 'ਚ ਬਾਬਿਆਂ 'ਤੇ ਗੱਲਬਾਤ, ਜ਼ਿਆਦਾਤਰ ਮੀਆਂ ਸਾਹਿਬ ਬੁੱਲੇ ਸ਼ਾਹ ਵਾਰਿਸ ਸ਼ਾਹ ਸਾਡੇ ਪੰਜਾਬ ਦੇ ਸੂਫੀ ਬਾਬੇ ਨੇ, ਅਤੇ ਇਹਨਾਂ ਦੇ ਬਾਰੇ 'ਚ ਕੁਛ ਕਿਤਾਬਾਂ ਵੀ ਲਿਖੀਆਂ ਉਹ ਜ਼ੁਬਾਨ ਵਿੱਚ ਐਸਪਰਾਂਟੋ ਵਿੱਚ। ਅਤੇ ਬਹੁਤ ਸਾਰੀ ਕਿਤਾਬਾਂ ਮੈਂ ਆਪਣੇ ਬਾਬਿਆਂ 'ਤੇ ਕੰਮ ਕੀਤਾ। ਪੰਜਾਬ ਇੱਕ ਸਾਡਾ ਐਸਾ ਖਿੱਤਾ ਹੈ ਜਿਹਦੇ 'ਚ ਬਕੌਲ ਮੀਆਂ ਸਾਹਿਬ ਦੇ, ਜੋ ਸੈਫ ਮਲੂਕ ਦੇ ਆਖਰ 'ਚ ਉਹਨਾਂ ਨੇ ਨਾ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਤਰਤ ਪੰਜਾਬ ਦੇ ਸਾਡੇ ਜਿਹੜੇ ਸ਼ਾਇਰ ਨੇ ਇਹ ਬੜੇ ਦਾਨਿਸ਼ ਵਾਲੇ ਹੋਏ ਨੇ, ਬੜੇ ਇਲਮ ਵਾਲੇ, ਬੜੀ ਸੋਚ ਔਰ ਫਹਿਮ ਵਾਲੇ। ਅੱਗੇ ਫਿਰ ਉਹਨਾਂ ਮੀਆਂ ਸਾਹਿਬ ਨੇ ਸੈਫ ਮਲੂਕ ਦੇ ਆਖਰ 'ਚ ਨਾ ਜ਼ਿਕਰ ਫਰਮਾਇਆ ਉਹਨਾਂ ਦਾ, ਜਿਹੜਾ ਨਾ ਆਪਣੇ 42 ਸ਼ਹਿਰਾਂ ਦਾ ਜ਼ਿਕਰ ਫਰਮਾਇਆ ਇਹਦੇ 'ਚ। ਉਹ ਕਿਹੜੇ? ਅਵਲ ਸ਼ੇਖ ਫਰੀਦ ਚੱਕਰਗੰਜ ਆਰਫ ਅਹਿਲ ਵਲਾਇਤ, ਫਿਰ ਉੱਥੋਂ ਸ਼ੁਰੂ ਹੋ ਕੇ ਬਾਬਾ ਬੁੱਲੇ ਸ਼ਾਹ 'ਤੇ ਆਏ ਨੇ। ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਤਰੁੱਟਦਾ ਕੁਫਰ ਅੰਦਰ ਦਾ, ਮਦਦ ਦੇ ਦਰਿਆਵੇ ਅੰਦਰ ਉਹ ਵੀ ਵਤਿਆ ਤਰਦਾ, ਫਿਰ ਵਾਰਿਸ ਸ਼ਾਹ 'ਤੇ ਆਏ ਨੇ। ਸੋ ਕਰਦਿਆਂ 42 ਪੋਇਟਸ ਆ ਪੰਜਾਬ, ਉਹਨਾਂ ਦੇ ਬਾਰੇ 'ਚ ਮੀਆਂ ਸਾਹਿਬ ਸਰਕਾਰ ਨੇ ਬਿਆਨ ਫਰਮਾਇਆ। ਇਹਦੇ 'ਚ ਨਾ ਦਾਨਿਸ਼ ਭਰੀ ਹੈ ਬੇਪਨਾ। ਇਹ ਤੁਹਾਨੂੰ ਇੱਕ ਤਾਂ ਹੈ ਕਿ ਬਾਬਿਆਂ ਦਾ ਅਗਰ ਓਵਰਆਲ ਦੇਖਿਆ ਜਾਵੇ ਨਾ, ਓਵਰਆਲ ਅਗਰ ਬੰਦਾ ਨਟਸ਼ੈਲ ਗੱਲ ਕਰੇ ਸੂਫੀਆਂ ਦੀ, ਅਤੇ ਇਹਦੇ ਵਿੱਚ ਉਹ ਮਤਲਬ ਰੁੱਖੀ ਸੁੱਖੀ ਖਾਈ ਕੇ, ਠੰਡਾ ਪਾਣੀ ਪੀ, ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਵੀ ਜੀ, ਇਸ ਇੱਕ ਸ਼ੇਰ ਦੇ ਵਿੱਚ ਪੂਰਾ ਭਰਪੂਰ ਮਨਸ਼ੂਰ ਹੈ, ਮੈਸੇਜ ਹੈ ਲਾਈਫ ਦਾ ਕਿ ਰੁੱਖੀ ਸੁੱਕੀ ਖਾਓ ਜਨਾਬ ਸਾਦਗੀ ਨਾਲ, ਹੈ, ਔਰ ਠੰਡਾ ਪਾਣੀ ਪੀਓ। ਮੁਰਾਦ ਹੈ ਕਿ ਸਾਦਾ ਠੰਡਾ ਪਾਣੀ ਸਾਫ਼ ਜਿਹੜਾ ਨੂੰ ਤੁਸੀਂ ਪੀਓ। ਔਰ ਲੇਕਿਨ ਅਗਲਾ ਜਿਹੜਾ ਮਿਸਰਾ ਹੈ ਉਹ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਦੂਜੇ ਵੱਲ ਨਹੀਂ ਦੇਖਣਾ। ਮੈਂ ਕਿਤਾਬ ਲਿਖੀ ਬਾਲਾਂ ਲਈ ਕਹਾਣੀਆਂ, ਇਹ ਪੁਰਾਣੀ ਗੱਲ ਹੈਗੀ ਹੈ, 90-91 ਦੀ ਗੱਲ ਹੈ। ਬਾਲਾਂ ਲਈ ਕਹਾਣੀਆਂ ਮੈਂ ਕਿਤਾਬ ਲਿਖੀ, ਫਿਰ ਬਾਲਾਂ ਲਈ ਇਸਲਾਮੀਆਤ ਲਿਖੀ ਮੈਂ, ਇਹ ਦੋ ਕਿਤਾਬਾਂ ਮੈਂ ਬੱਚਿਆਂ ਤੋਂ ਕੰਮ ਸ਼ੁਰੂ ਕੀਤਾ। ਫਿਰ ਇੱਕ ਮੀਆਂ ਸਾਹਿਬ ਸੈਫ ਮਲੂਕ ਦੀ ਜਿਹੜੀ ਸਾਡੀ ਕਿਤਾਬ ਹੈ ਸੈਫ ਮਲੂਕ, ਇਹਦੇ ਵਿੱਚ ਇੱਕ ਹਕਾਇਤ ਹੈ। ਇੱਕ ਦਿਨ ਕਰਨ ਸ਼ਿਕਾਰ ਸ਼ਿਕਾਰੀ ਬਾਰੀ ਅੰਦਰ ਆਇਆ, ਆ ਦਰਖਤ ਕਣੇ ਦੀ ਛਾਵੇਂ ਉਸਨੇ ਡੇਰਾ ਲਾਇਆ। ਇਸ ਨੂੰ ਮੈਂ ਅੰਗਰੇਜ਼ੀ ਵਿੱਚ ਕੀਤਾ, ਮਤਲਬ ਇਸ ਸਟੋਰੀ ਨੂੰ, ਤਾਂ ਕਿ ਲੋਕਾਂ ਨੂੰ ਪੰਜਾਬੀ, ਅੰਗਰੇਜ਼ੀ ਪੰਜਾਬੀ ਤਾਂ ਨਹੀਂ ਪੜ੍ਹਦੇ, ਲੇਕਿਨ ਕਮ ਅਜ਼ ਕਮ ਅੰਗਰੇਜ਼ੀ ਜ਼ਬਾਨ ਪੜ੍ਹ ਕੇ ਤਾਂ ਉਹ ਜਿਹੜਾ ਟੈਕਸਟ ਹੈ ਪੰਜਾਬੀ ਦਾ, ਖਾਸ ਕਰ ਸਟੋਰੀ ਦੇ ਵਿੱਚ ਜੋ ਕੁਝ ਦੱਸਿਆ ਜਾ ਰਿਹਾ ਹੈ ਕਿ ਚਾਰ ਕਿਰਦਾਰ ਨੇ ਦੇ ਵਿੱਚ, ਉਹਨਾਂ ਨੂੰ ਮੈਂ ਅੰਗਰੇਜ਼ੀ 'ਚ ਕੀਤਾ ਸੀ। ਫਿਰ ਇਹ ਕਿਤਾਬ ਸਟੋਰੀ ਛੋਟੀ ਜੀ ਆਪਣੇ ਬਾਬਿਆਂ ਦਾ ਕਲਾਮ ਜਿਹੜਾ ਸਾਡਿਆਂ ਦਾ ਸੂਫੀਆ ਇਕਰਾਮ ਦਾ, ਮਤਲਬ ਬਾਬਾ ਫਰੀਦ ਚੱਕਰਗੰਜ ਨੇ ਫਰਜ਼ ਕੀਤਾ, ਇਹ ਸਾਡੇ ਮੋਢੀ ਸ਼ਾਇਰ ਨੇ, ਇਹਨਾਂ ਦੇ ਕਲਾਮ ਨੂੰ ਜਿਹੜਾ ਉਹ ਮੈਂ ਫਿਰ ਜਿਹੜਾ ਨਾ ਪੇਸ਼ ਕਰਾਂ, ਮਤਲਬ ਹੈ ਇਸ ਤਰ੍ਹਾਂ ਆਸਾਨ ਜ਼ਬਾਨ ਦੇ ਵਿੱਚ। ਉੱਤੇ ਸ਼ਾਹਮੁਖੀ ਗ੍ਰੇਟ ਸੂਫੀ ਵਿਜ਼ਡਮ, ਇਹ ਮੇਰੀ ਬੁੱਕਸ ਦੀ ਸੀਰੀਜ਼ ਹੈਗੀ ਹੈ, ਗ੍ਰੇਟ ਸੂਫੀ ਵਿਜ਼ਡਮ ਸੀਰੀਜ਼, ਇਹ ਕਿਤਾਬਾਂ 10 ਕਿਤਾਬਾਂ ਦੇ ਮੇਰੀ ਹੈ ਇਸ ਟੋਪਿਕ ਦੇ ਨਾਲ। ਅਤੇ ਇਹ ਫਿਰ ਮੈਂ ਸਟਾਰਟ ਕਰ ਲਿਆ ਸੀ, ਇਹਦੇ 'ਚ ਸ਼ਾਹਮੁਖੀ ਰੋਮਨ ਸਕ੍ਰਿਪਟ, ਦੈਨ ਗੁਰਮੁਖੀ, ਦੈਨ ਇੰਗਲਿਸ਼ ਨਾਲ ਮੁਸ਼ਕਿਲ ਫਾਜ਼ ਦੇ ਮਾਇਨੇ, ਦੈਨ ਥੱਲੇ ਥੋੜ੍ਹੀ ਜਿਹੀ ਪੰਜਾਬੀ ਐਕਸਪਲੇਨੇਸ਼ਨ। ਇਹ ਫਿਰ ਕੰਮ ਜਿਹੜਾ ਕੀਤਾ, ਇਹ ਕੰਮ ਫਿਰ ਲੋਕਾਂ ਨੇ ਜਿਹੜਾ ਨਾ ਫਿਰ ਐਪਰੀਸ਼ੀਏਟ ਕੀਤਾ, ਮੈਂ ਖਾਸਾ ਵੀ ਦੇਖਿਆ। ਇਹ ਸੋਚਿਆ ਕਿ ਮੈਂ ਖੁਦ ਆਪਣੀ ਕਿਤਾਬਾਂ ਆਪ ਹੀ ਛਾਪਾਂਗਾ, ਫਿਰ ਨਾਲ ਦੁਕਾਨ ਵੀ ਬਣਾ ਲਈ, ਬਸ ਉੱਥੇ ਪਿੰਡੀ ਦਵਈ ਪਲਾਜ਼ਾ ਸਿੱਖ ਰੋਡ ਚੌਕ ਵਿੱਚ ਉਹ ਬੇਟੇ ਦੇ ਨਾਂ 'ਤੇ ਦੁਕਾਨ ਸੀ ਅਦਨਾਨ ਬੁੱਕਸ, ਉਹ ਬਣਾ ਲਈ। ਫਿਰ ਉਹ ਬਾਹਰ ਚਲਾ ਗਿਆ, ਬੱਚਾ ਖੈਰ ਨਹੀਂ ਹੋ, ਮੈਂ ਇੱਥੇ ਲੋਕ ਪਿੱਛੇ ਫਿਰ ਆ ਕੇ ਛੋਟਾ ਸੈਟਅਪ ਬਣਾ ਲਿਆ, ਤਾਂ ਕਿ ਲੋਕ ਜਿਹੜਾ ਨਾ ਸਾਡੇ ਉਹ ਸੈੱਟ ਲੈ ਜਾਂਦੇ ਨੇ ਆ ਕੇ। ਔਰ ਮੇਰੇ 13 ਕਿਤਾਬਾਂ ਸੈੱਟ ਹੈਗਾ ਬਾਬਿਆਂ ਦਾ ਨਾ, ਲੇਕਿਨ ਸਿੰਧ ਦੇ ਲੋਕ ਲੈ ਜਾਂਦੇ ਨੇ, ਉਰਦੂ ਸਪੀਕਿੰਗ ਲੈ ਜਾਂਦੇ ਨੇ, ਪਠਾਨ ਲੈ ਜਾਂਦੇ ਨੇ ਤੱਕ ਤੱਕ ਸੈੱਟ। ਮੈਂ ਕਈ ਦਫ਼ਾ ਹੈਰਾਨ ਹੁੰਦਾ ਕਿ ਜਿਹੜੇ ਪੰਜਾਬੀ ਨਹੀਂ ਕਹਿੰਦੇ ਜੀ ਹਮ ਪੜ੍ਹਨਾ ਚਾਹਤੇ ਹੈ, ਇਸਮੇ ਕਿਆ ਲਿਖਿਆ ਹੈ, ਬੁੱਲੇ ਸ਼ਾਹ ਕਿਆ ਕਹਿਤਾ ਹੈ, ਵਾਰਿਸ ਸ਼ਾਹ ਕਿਆ ਕਹਿਤਾ ਹੈ। ਤੋ ਮੈਂ ਫਿਰ ਉਹ ਸਟਾਈਲ ਜਿਹੜਾ ਆਪਣਾ ਪੰਜਾਬੀ ਇੰਗਲਿਸ਼ ਵਾਲਾ ਉਹ ਮੈਂ ਰੱਖਿਆ ਹੈ। ਈਵਨ ਬੱਚਿਆਂ ਦੀਆਂ ਕਿਤਾਬਾਂ ਮੈਂ ਕਾਫੀ ਸਾਰੀ ਬਣਾਈਆਂ ਨੇ, ਬੱਚਿਆਂ ਦੀ ਈਵਨ ਜਿਹੜੀਆਂ ਕਲਰ ਬੁੱਕਸ ਨੇ, ਆਪਣੇ ਮੇਰੇ ਦੋਤਰੇ ਨੇ, ਬੇਟੀ ਦੇ ਬੱਚੇ ਸੀ, ਮੈਂ ਉਹਨਾਂ ਨੂੰ ਪੜ੍ਹਾ ਰਿਹਾ ਸੀ ਅਤੇ ਦੇਖਿਆ ਉਹ ਲਿਖਾ ਰਿਹਾ ਡਰਾਇੰਗ ਬੁੱਕਾਂ ਸ਼ੁਕਾ ਤੱਕੀਆਂ, ਅਤੇ ਉਹ ਅਜੀਬੋ ਗਰੀਬ ਡਰਾਇੰਗ ਬੁੱਕਾਂ, ਬਾਹਰ ਦੀਆਂ ਤਸਵੀਰਾਂ ਦੀਆਂ ਉਹਨਾਂ ਦੀਆਂ, ਬੀਚਿਸ ਦੀਆਂ ਫੋਟੋਆਂ, ਗੁਜੇ ਉਲਟੀਆਂ ਪੁਲਟੀਆਂ, ਅਤੇ ਮੈਂ ਇਹਨਾਂ ਨੂੰ ਮੈਂ ਖੁਦ ਬਣਾ ਦੇਣਾ। ਉਹ ਫਿਰ ਬੱਚਿਆਂ ਦੇ, ਅੱਛਾ ਉਹਨਾਂ ਦੋਵਾਂ ਪਾਸੇ ਫਿਰ ਮੈਂ ਪੰਜਾਬੀ ਦੀ ਡਿਕਸ਼ਨਰੀ ਲਗਾ ਦਿੱਤੀ ਹੈ, ਉਹ 2-letter ਵਰਡ ਡਿਕਸ਼ਨਰੀ ਹੈਗੀ ਹੈ ਕਿ ਮੈਂ ਉਹ ਮੇਰੀਆਂ ਕਿਤਾਬਾਂ 'ਚ ਮੌਜੂਦ ਹੈ, ਉਹ ਜਿਹੜੀ ਬੱਚਿਆਂ ਦੀ 6 ਕਿਤਾਬਾਂ ਪੜ੍ਹਾਈਆਂ ਮੈਂ, ਕਲਰ ਬੁੱਕਸ ਜਿਹੜੀਆਂ ਨੇ।